बीते दिन पिंड तलवंडी विच पंचायती जमीन की बोली दौरान बीडीपीओ नाल दुर्व्यवहार करन पंचायती बोली ना होण देण अते सरकारी काम विच रुकावट पाउण दे दोषां हेठ बीडीपीओ दीनानगर की शिकायत मगरों दीनानगर पुलिस ने तलवंडी के सरपंच खिलाफ मामला दर्ज करदिआं उसनूं गिरफ्तार कर लिया है। उधर पिंड तलवंडी के लोगों ने सरपंच की गिरफ्तारी तो बाद दीनानगर थाने सामने धरना लगा दिता ते कहा कि यह मामला सियासत तो प्रेरित है। पत्रकारों नूं जानकारी दिंदिआं इंस्पैक्टर कपिल कौशल ने दस्सिआ कि बीडीपीओ दीनानगर ने पुलिस नूं पिंड तलवंडी के सरपंच सरजीवन कुमार के खिलाफ शिकायत दी सी कि सरपंच वालों पिंड की 5 एकड़ 5 कनाल पंचायती जमीन की बोली दौरान बोली होने तो रोकने लिए अनेक हथकंडे अपनाए। बीडीपीओ ते विभाग खिलाफ नारेबाजी करवाई, बीडीपीओ नाल दुर्व्यवहार किया, जनतक तौर ते बदली करवाउण दीआं धमकियां देण दे इलावा जाति सूचक शब्दां दा भी इस्तेमाल किया गया है, जिस मगरों पुलिस ने उक्त सरपंच सरजीवन कुमार के खिलाफ आईपीसी दीआं धारावां 353 ते 186 तहत मामला दर्ज करके उसनूं गिरफ्तार किया है। इस संबंधी जानकारी दिंदिआं पिंड दे लोकां ने कहा कि सरपंच ने किसी नाल दुर्व्यवहार नहीं किया, ना ही सरकारी काम विच कोई रुकावट पाई है। उन्होंने कहा कि सरपंच दे उपर जो मामला दर्ज किया गया है सियासत तों प्रेरित है। उन्होंने कहा कि जदों तक सरपंच के उपर दर्ज किया गया मामला रद्द नहीं हुंदा उन्हां दा यह रोष प्रदर्शन जारी रहेगा। मेरा नाम कुलजिंदर कुमार है जी। अज तुसीं इत्थे धरना दित्ता उहदा कारण की है? मेन कारण इही है जी, साडे सरपंच साहब पिंड तलवंडी तों की नाम उहदा सुरजीवन जी, सुरजीवन कुमार जी, उन्हां दे झूठा परचल दित्ता गया जी। ठीक है जी, साडे पिंड दी बोली होणी आ रही सी ਕਿਹਦੇ ਵਿੱਚ ਸਾਡੇ ਪਿੰਡ ਦੇ ਸਾਰੇ ਪੰਚਾਇਤ ਮੈਂਬਰ ਪਿੰਡ ਵਾਸੀ ਸਾਰੇ ਇਕੱਠੇ ਹੋਏ ਸੀ, ਕਹਿੰਦੇ ਕਿ ਬੋਲੀ ਕਰਵਾਉਣੀ ਆ ਤਾਂ ਸਾਡੇ ਪਿੰਡ ਦੇ ਬੋਲੀ ਪਹਿਲਾਂ ਵੀ ਹੁੰਦੀ ਰਹੀ ਆ, ਥੋੜ੍ਹੇ ਟਾਈਮ ਹੋਈ ਆ, ਦੋ ਕੁ ਸਾਲ ਹੋ ਗਿਆ ਕਿ ਬੋਲੀ ਨਹੀਂ ਹੋ ਰਹੀ। ਸਾਡੇ ਮੈਂ ਉਹ ਸਰਪੰਚ ਸਾਹਿਬ ਕਹਿੰਦੇ ਕਿ ਆਪਾਂ ਪਿੰਡ ਦੇ ਨੂੰ ਆਪਣੇ ਬਲਾਦਰੀ ਨੂੰ ਸਾਰਿਆਂ ਨੂੰ ਪਲਾਟ ਵੰਡਣੇ ਆ ਜੀ, ਫਾਈਲ ਬਣੀ ਚੁੱਕੀ ਆ, ਸਾਰੀ ਕੁਝ ਜਮ੍ਹਾਂ ਹੋਈ ਪਈ ਆ ਜੀ, ਇਹ ਵੀਡੀਓ ਸਾਹਿਬ ਦੇ ਸਿਰਫ ਸੈਨ ਰਹਿ ਗਏ ਜੀ। ਵੀਡੀਓ ਸਾਹਿਬ ਕਹਿੰਦੇ ਕਿ ਮੈਂ ਪਲਾਟ ਨਹੀਂ ਬਣਾਉਣੇ ਵੰਡਣ ਦੇਣੇ ਜੀ, ਇੱਦਾਂ ਦਾ ਕੋਈ ਗੱਲਬਾਤ ਆ ਜੀ? ਅਤੇ ਉਹਨਾਂ ਦੇ ਸੈਨ ਨਹੀਂ, ਉਹ ਕਹਿੰਦੇ ਜੀ ਪਲਾਟ ਨਹੀਂ ਵੰਡ ਰਿਹਾ, ਬੋਲੀ ਹੋਣੀ ਆ ਜੀ। ਸਾਡੇ ਪਿੰਡ ਦੇ ਸਾਰੇ ਵਾਸੀ ਸਾਰੇ ਮੌਜੂਦ ਉੱਥੇ ਕਹਿ ਰਹੇ ਸੀ ਕਿ ਅਸੀਂ ਬੋਲੀ ਨਹੀਂ ਹੋਣ ਦੇਣੀ, ਫਿਰ ਵੀਡੀਓ ਸਾਹਿਬ ਕਹਿੰਦੇ ਕਿ ਬੋਲੀ ਹੋਣੀ ਹੋਣੀ ਸ਼ੁਰੂ ਕਰੋ, ਬਦੋ ਅਸੀਂ ਧੱਕੇ ਨਾਲ ਬੋਲੀ ਹੋਈ, ਪਿੰਡ ਦਿਆਂ ਨੇ ਕਿਸੇ ਨੇ ਬੋਲੀ ਨਹੀਂ ਦਿੱਤੀ ਜੀ। ਪਿੰਡ ਦੇ ਕਹਿੰਦੇ ਅਸੀਂ ਬੋਲੀ ਹੋਣੀ ਨਹੀਂ, ਸਾਡੇ ਪਿੰਡ ਦੀ ਜਗ੍ਹਾ ਜੀ ਅਸੀਂ ਨਹੀਂ ਬੋਲੀ ਹੋਣ ਦੇਣੀ। ਠੀਕ ਆ ਜੀ, ਫਿਰ ਕਹਿੰਦੇ ਜੀ ਨਹੀਂ 4 ਮਹੀਨੇ ਦਾ ਟਾਈਮ ਮੰਗਿਆ ਜੀ, 4 ਮਹੀਨੇ ਦਾ ਟਾਈਮ ਮੰਗਿਆ ਸੀ ਵੀਡੀਓ ਸਾਹਿਬ, ਕਹਿੰਦੇ 4 ਮਹੀਨੇ ਦਾ ਟਾਈਮ ਦਿਓ ਸਾਨੂੰ, ਓਨਾ ਚਿਰ ਬੋਲੀ ਕਰਾਓ। ਪਿੰਡ ਦੇ ਮੰਨੇ ਨਹੀਂ ਜੀ, ਕੋਈ ਨਹੀਂ ਪਿੰਡ ਦਾ ਮੰਨੇ, ਅਸੀਂ ਬੋਲੀ ਨਹੀਂ ਦੇਣੀ। ਪਿੰਡ ਦੇ ਕਹਿੰਦੇ ਤੁਸੀਂ ਬੂਟੇ ਲਵਾ ਦਿਓ, ਸਾਨੂੰ ਪਲਾਟ ਚਾਹੀਦੇ ਆ ਜੀ, ਬਾਕੀ ਪਿੰਡ ਦੇ ਸਾਰੇ ਆਏ ਦੇ ਆ, ਤੁਸੀਂ ਪੁੱਛ ਸਕਦੇ ਹੋ ਜੀ। ਲੱਗਦਾ ਕਿ ਕਿਉਂ ਨਹੀਂ ਬੋਲੀ ਹੋਈ, ਕੀ ਇਹਦੇ ਪਿੱਛੇ ਕੀ ਰੀਜ਼ਨ ਹੋਈ? ਕਹਿੰਦੇ ਪਲਾਟ ਵਿੱਚ ਲਾ ਦਿਓ ਬੂਟੇ ਜਿੰਨੇ ਵੀ ਸਾਰੇ। ਉਹ ਕਹਿੰਦੇ ਸੀ ਸਰਪੰਚ ਸਾਹਿਬ ਕਹਿੰਦੇ ਸੀ ਕਿ ਅਸੀਂ ਉਹ ਵੰਡਣੇ ਆ, ਪਲਾਟ ਵੰਡਣੇ, ਉਹ ਕਹਿੰਦੇ ਪਲਾਟ ਨਹੀਂ ਗਰੀਬਾਂ ਨੂੰ ਦੇਣੇ ਜੀ, ਜਿਹੜੇ 5 ਮਰਲੇ ਇਹ ਨਹੀਂ ਸਾਨੂੰ ਪਤਾ ਜੀ। ਉੱਥੇ ਥੋੜ੍ਹੀ ਬਹਿਸ ਵਜਾਈ ਹੋਈ, ਸਰਪੰਚ ਸਾਹਿਬ ਕਹਿੰਦੇ ਕਿ ਅਸੀਂ ਵੀ ਸਾਰਿਆਂ ਨੂੰ ਪਿੰਡ ਦੇ ਸਾਰੇ ਕਹਿੰਦੇ ਕਿ ਸੁਣਨ ਚ ਆਇਆ ਸਰਪੰਚ ਨੇ ਕੋਣਾ ਨੂੰ ਗਾਲਾਂ ਕੱਢੀ ਨਹੀਂ? ਦੇਖੋ ਜੀ ਇਹ ਇੱਕ ਮਿੰਟ ਹੁਣ ਕਹਿਣ ਨੂੰ ਤੁਸੀਂ ਕਹਿ ਦੋ ਜੀ ਮੀਡੀਆ 'ਚ ਗਾਲਾਂ ਕੱਢੀਆਂ, ਕਹਿਣ ਦੀ ਕਿਹੜੀ ਗੱਲ ਆ ਜੀ? ਸਾਰਾ ਪਿੰਡ ਬੈਠਾ, ਸਾਰਾ ਪਿੰਡ ਬੇਕੂਫਾ ਜੀ। ਕੋਈ ਗੱਲ ਨਹੀਂ ਸਰ, ਰਿਕਾਰਡਿੰਗ ਜੋ ਮਰਜ਼ੀ ਕਰੋ ਜੀ, ਸਾਰਾ ਪਿੰਡ ਇਹਦਾ ਮਤਲਬ ਝੂਠਾ ਹੋ ਗਿਆ ਜੀ। ਇੱਕ ਬੰਦਾ ਵੀਡੀਓ ਹੋਏ ਚਾਹੇ ਕੋਈ ਵੀ ਹੋਇਆ, ਮਤਲਬ ਅਫਸਰ ਆ ਤਾਂ ਸਾਡੇ ਤਾਂ ਡੀਸੀ ਲੱਗ ਗਿਆ ਜੀ, ਇਹਦਾ ਮਤਲਬ ਸਾਰੀ ਪਬਲਿਕ ਨੂੰ ਝੂਠਾ ਕਰ ਦੇਗਾ, ਮੀਡੀਆ ਨੂੰ ਝੂਠਾ ਕਰ ਦੇਗਾ ਜੀ। ਤੁਸੀਂ ਕਿਸੇ ਵੀ ਪਿੰਡ ਦਿਆਂ ਨੂੰ ਕਿਹੜੇ ਉੱਥੇ ਮੌਜੂਦਾ ਸੀ, ਸਾਰਿਆਂ ਨੂੰ ਤੁਸੀਂ ਪੁੱਛ ਸਕਦੇ ਹੋ ਜੀ ਕਿੰਨੀ ਕੁ ਬਹਿਸਬਾਜੀ ਹੋਈ ਹੈ ਜੀ, ਬਹਿਸਬਾਜੀ ਹੋਈ ਸਾਡੇ ਪਿੰਡਾਂ ਨਾਲ ਹੋਈ ਹੈ ਜੀ, ਸਾਡੀ ਸਾਰੀ ਜਨਤਾ ਨਾਲ ਹੋਈ ਹੈ ਜੀ। ਅਸੀਂ ਸਭ ਕਹਿੰਦੇ ਸਾਨੂੰ ਪਲਾਟ ਚਾਹੀਦੇ ਆ ਸਾਡੀ ਤੁਹਾਡੇ ਸਾਹਮਣੇ ਜੀ, ਜਿਹੜੇ ਵੀਡੀਓ ਮੌਕੇ ਤੇ ਮੌਜੂਦ ਸੀ ਮੌਜੂਦ ਜੀ, ਸਰਪੰਚ ਜੀ ਤੋਂ ਉਹਨਾਂ ਦੇ ਆਪਸ 'ਚ ਕੋਈ ਤਕਰਾਰ ਹੋਇਆ? ਕਰਾਰ ਨਹੀਂ ਹੋਇਆ ਜੀ। ਸਰਪੰਚ ਨੇ ਤੁਹਾਡੇ ਸਾਹਮਣੇ ਕੋਈ ਸ਼ਬਦ ਕੋਈ ਮਾੜੇ ਵਰਤੇ? ਨਹੀਂ ਮਾਰੇ ਬੋਲੇ ਜੀ, ਬਸ ਇਹੀ ਕਹਿੰਦੇ ਸਾਡੇ ਪਿੰਡ ਦਿਆਂ ਨੂੰ ਪਲਾਟ ਮਿਲਣੇ ਚਾਹੀਦੇ ਆ ਜੀ। ਤਲਵੰਡੀ ਪਿੰਡ ਦੇ ਰਹਿਣ ਵਾਲੇ? ਹਾਂਜੀ, ਤਲਵੰਡੀ ਪਿੰਡ ਦੇ ਰਹਿਣ ਵਾਲੇ ਆ ਜੀ। ਤੁਹਾਡੇ ਪਿੰਡ ਦਾ ਨਾਮ? ਪਿੰਡ ਤਲਵੰਡੀ ਹੈ ਜੀ ਸਾਡਾ। ਤੁਹਾਡਾ ਨਾਮ ਹੈ? ਰਜਨੀ ਦੇਵੀ। ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ ਧਰਨਾ ਕਿਉਂ ਮਾਰਿਆ? ਸਾਡੇ ਧਰਨਾ ਹੀ ਇਸ ਕਰਕੇ ਕੀਤਾ ਵੀ ਹਰ ਵਾਰੀ 50 ਸਾਲ ਹੋ ਗਿਆ ਸਾਨੂੰ ਪਲਾਟ ਦੇਣ ਦੇ, ਅੱਜ ਤੱਕ ਸਾਨੂੰ ਪਿੰਡ 'ਚ ਪਲਾਟ ਨਹੀਂ ਮਿਲੇ। ਜਾ ਕੇ ਸਾਡੇ ਪਿੰਡ 'ਚ ਦੇਖ ਲਓ, 4-4 5-5 ਘਰ 'ਚ ਇੱਕ ਜੀ, 4-4 ਜੀ ਰਹਿਣ ਦਿੰਦੇ ਨੇ, ਉਹ ਰੋਜ਼ ਤਵੇ ਨਾ ਤਵਾ ਰੋਜ਼ ਵੱਜਦਾ। ਇੰਨੇ ਦੁਖੀ ਅਸੀਂ, ਜ਼ਿਮੀਂਦਾਰਾਂ ਨੇ ਵੋਟਾਂ ਲੈ ਲਈਆਂ, ਹਰ ਵਾਰੀ ਵੋਟਾਂ ਲੈ ਲੈਂਦੇ ਨੇ ਸਾਡੇ ਕੋਲੋਂ, ਇਹੋ ਹੀ ਲਾਰੇ ਲਾ ਕੇ ਫਿਰ ਤੁਹਾਨੂੰ ਪਲਾਟ ਦੇਣੇ ਆ। ਪਲਾਟ ਧਰਨਾ ਲਾਉਣ ਦਾ ਕੱਲ੍ਹ ਸਰ ਕੱਲ ਵੀਡੀਓ ਸਾਹਿਬ ਗਏ ਦੇ, ਹੋਰ 4-5 ਸਾਹਿਬ ਗਏ ਦੇ ਸੀ ਨਾਲ, ਉਹਨਾਂ ਨੇ ਇਹ ਕਿਹਾ ਵੀ ਚਲੋ ਤੁਹਾਨੂੰ ਕੋਈ ਗੱਲ ਨਹੀਂ, ਤੁਸੀਂ ਮਤਲਬ ਬੋਲੀ ਹੋ ਜੇ। ਅਸੀਂ ਕਿਹਾ ਜੀ 2 ਸਾਲ ਹੋ ਗਿਆ ਸਾਡੀ ਬੋਲੀ ਨਹੀਂ ਹੋਣ ਦਿੱਤੀ ਹੈਗੀ, ਅਰਨਾ ਚੌਧਰੀ ਸਾਨੂੰ ਪਲਾਟ ਦਵਾਉਣ ਦੀ ਆ, ਉਦੋਂ ਤੱਕ ਸਾਨੂੰ ਸਾਰੇ ਪੇਪਰ ਫਾਈਲ ਸਭ ਠੀਕ ਹੋ ਗਏ ਜੀ, ਅਤੇ ਹੁਣ ਆਣ ਕੇ ਵੀਡੀਓ ਸਾਹਿਬ ਨੇ ਆਣ ਕੇ ਉਹਨਾਂ ਨੇ ਗਲਤੀ ਕਰ ਦਿੱਤੀ, ਤੁਹਾਡੇ ਜੀ ਹੋਰ ਖਸਰਾ ਨਹੀਂ ਲੱਗੇਗਾ ਜੀ ਨਾਲ।
खसरा नंबर नहीं लगे दा नाल ते तुहानू प्लाट किदा मिलने आ गया। फिर अहीं उन्होंने नारे नूरे लाए सीगा, कोई गल नहीं, हुण गरीब बंदयां नूं इहो चाहीदा कि प्लाट सानूं चाहीदा। धरना साडा सरपंच साहब अंदर डक दित्ता जी, इन्होंने इन्ना नेक बंदा गरीबां दी हर सहूलत करे करदा जी, अज तक सानूं किसी शहर दे परचा होया की लगदा तुहानूं? सानूं इह नहीं पता कि किहना कीता परचा, इह नहीं पता लगेगा। सरपंच नाल ते धक्का हो ही गया ना, पुलिस फोर्स नूं नाल लै के उत्थे बीडीओ साहब ने दस्सिया भी मेरे नाल बदतमीजी होई है, मैनूं जिहड़े आ जाति सूचक शब्द भी बोले ने और मैनूं धमकी भी दित्ती गई है भी तेरी मैं बदली करा दूंगा। पंचायत की बोली नहीं होण दित्ती गई, इस संबंधी उन्होंने कोई रिकॉर्डिंग भी है जी, उन्होंने सानू पेन ड्राइव बना के दी है जिस सरपंच साहब की आवाज़ लगती है भी जिस तरह उन्होंने काफ़ी गाली गलोच कर रहे हैं। ये सरपंच साहब अपने मूँह भी मानते हैं भी मेरी गल हुई है तो मैं काम किया वा। जे अपशब्द बोले गए ने दोने सरपंच साहब और एक ही बरादरी के ने एस सी ने दोनों ही, इस करके एस सी एक्ट तो नहीं लगा पर सरकारी ड्यूटी विघन पाने की जी धारा 353-186 लगी है। उस संबंध सवेरे सरपंच साहब थाने आए ने, इन्हों नहीं सी पता भी शायद भी FIR दर्ज होएगी, पर जो ये थाने आए ने तो इन्हों की फिर इतने अरैसट पाई गई है और संबंध आए ने भी सही वीडियो बुला के तो साढ़े ना गलबात कराओ। मैं इन्हों खुद दसिया भी अगर तुम्हें लगता भी है कोई FIR गलत हुई है वीडियो द्वारा गलत कराई गई है तो तुम उच्च अफसरों दरखास्त दे के इंक्वायरी रखा सकते हो, तो सवेरे इनू आप कोर्ट के सरपंच साहब को पेश करावे, उस तो बाद जो जैसा वो कम करेंगे उसनों मनिया जाएगा। सर जी आडियो रिकॉर्डिंग हुई है वो सरपंच साहब अपने फोन तो वीडियो हुई है किसी और मुलाजिम की जी है वो मेरे ख्याल कोई पंचायत सैकटरी है जिदे ओनू वीडियो नू गाला कट रहे हैं। सर जाति सूची की गल की जाति सूची जहाँ वो कोई जनरल कास्ट का बंदा होता मुलाजिम सेम कास्ट से तो मैं तुम्हें पहले क्लीयर करता जी कि दोनों एको बरादरी के ही इस करके ये नहीं लगी, पर फिर भी मैं तुम्हें एक गल दस देना चाहना अगर आप किसी भी इकट्ठ दे विच कोई जाति सूचक किसी नूं बोलने जिते हर वर्ग के लोग होण उन्हूं बेइज्जत किया जाए उहदी जाति का नाम लैके उहदे उत्ते फिर कानून है भी उहदे उत्ते FIR दर्ज हो सकती है। धरना लगा सर पर उहदे बारे की कहना चाहुंदे? धरना लगा जी इन्हां दा नहीं परची वालों नहीं कहिंदे, उह कहिंदे नजायज़ दरखास्त दित्ती है उन्हों का पुलिस तो कोई भी जोड़ा वा वो नहीं है भी पुलिस ने साढ़े नाल गलत किया वा, उन्हों का वीडियो का वा भी उन्होंने वीडियो ने गलत परचा दर्ज कराया, अज ऐतवार होण करके वीडियो दफ्तर बंद सी उधर नहीं आए तो इस करके इतने आ गए। जी नारे ला रहे वीडियो के खिलाफ ही ला रहे ना कि पंजाब पुलिस से कहते जो तो सरपंच साहब न बाहर नहीं कड़ते थाने जो अभी धरना इतने जारी रखा ट्रैफिक की बड़ी समस्या आती पी है। देखो आप किसी कोई जोर जबरदस्ती तो कर नहीं सकते, मुताबक कानून चलोंगे कानून के अनुसार असं इन्हों को नहीं दे सकते, इन्हों को कल कोर्ट से ही पेश करावे। सर घटनावां दो ने एक उत्थे ही वारदात एक फोन क्या गल कटी? नहीं मेरे को एक ही रिकॉर्ड दरखास्त उन्होंने दी है तो रिकॉर्डिंग दी है मैं दोनों जी दोनों से जी जी इन्होंने एक तो बोली नहीं होती थी सरकारी ड्यूटी विघन पाया है ना ते और एजुकेशन एम्ब्रेम्स नॉट ओनली फैक्ट्स बट ऑल्सो वैल्यूज इट इनकल्केट्स सच गुड प्रैक्टिसेस व्हिच मे रिवील आवर क्वालिटीज एंड परफेक्शंस इन एवरी स्फीयर ऑफ लाइफ वी एज अ पार्ट ऑफ ANM इंस्टीट्यूट एम्पावर नॉलेज विद प्रैक्टिकल अप्रोच Students can accumulate knowledge and information from wide range of books, journals available in the library. We also nurture the skills of our future managers by the use of well-equipped and furnished laboratories. ANM Group of Institutes endeavors to impart such value-based education to our students. We welcome you all to ANM Group of Institutes, Pathankot.